एक आ रही है कि बाबा जी एक पंजाबी फिल्म दस दो जिहड़े जिहदे विच मैनूं पैसे मिले। होर इसी उदों ही मैं वकील नूं कहा सीगा, मैं इस मुंडे दा लगदा ही नहीं वी अपनी पहली फिल्म कर रहा है, इन्ना सोहणा काम कर रहा है। ਸਤਿ ਸ਼੍ਰੀ ਅਕਾਲ ਜੀ, ਮੈਂ ਲਵ ਅਤੇ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬੀ ਟੇਸ਼ਨ, ਅਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਫਿਲਮ ਦੇ ਪ੍ਰੀਮੀਅਰ 'ਤੇ, ਅਤੇ ਫਿਲਮ ਦਾ ਨਾਮ ਹੈ ਤੂੰ ਹੋਵੇਂ ਮੈਂ ਹੋਵਾਂ, ਜਿਸ ਦੇ ਵਿੱਚ ਇੱਕ ਵਾਰ ਫਿਰ ਤੋਂ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਜੋੜੀ ਦੇਖਣ ਨੂੰ ਮਿਲ ਰਹੀ ਹੈ। ਅਤੇ ਇਸ ਫਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਦੇ ਵਿੱਚ ਸੱਜਣ ਅਦੀਬ ਨੇ ਡੈਬਿਊ ਕੀਤਾ ਹੈ। ਫਿਲਮ ਦੇ ਟ੍ਰੇਲਰ ਨੂੰ ਤੁਸੀਂ ਕਾਫੀ ਜ਼ਿਆਦਾ ਪਿਆਰ ਦਿੱਤਾ ਹੈ, ਅਤੇ ਹੁਣ ਅਸੀਂ ਫਿਲਮ ਦੇ ਪ੍ਰੀਮੀਅਰ 'ਤੇ ਤਾਂ ਪਹੁੰਚ ਚੁੱਕੇ ਹਾਂ, ਅਤੇ ਅਸੀਂ ਨਾਲ ਹੀ ਫਿਲਮ ਵੀ ਦੇਖਾਂਗੇ, ਅਤੇ ਨਾਲ ਹੀ ਫਿਲਮ ਦੀ ਸਟਾਰਕਾਸਟ ਦੇ ਨਾਲ ਗੱਲ ਕਰਾਂਗੇ ਕਿ ਉਹਨਾਂ ਦੇ ਇਸ ਫਿਲਮ ਦੇ ਚੱਲਦਿਆਂ ਕੀ ਐਕਸਪੀਰੀਅੰਸ ਰਿਹਾ। ਚਲੋ ਚੱਲਦੇ ਹਾਂ। ਦੇਖੋ ਤੁਸੀਂ ਫਿਲਮ ਵਧੀਆ ਬਣਾਈ ਕਰੋ, ਨੇ ਬਣਾਈ ਹੈ ਵਕੀਲ ਦੀ ਪਹਿਲੀ ਫਿਲਮ ਹੈ, ਅਤੇ ਇੰਨੇ ਸਾਲਾਂ ਦਾ ਮਨਮੋਹਨ ਸਿੰਘ ਜੀ ਦੇ ਨਾਲ ਬਣ ਜੀ ਇੱਥੇ ਹੈਗੇ ਨੇ, ਇਹਦੀ ਬਹੁਤ ਵਧੀਆ ਟ੍ਰੇਨਿੰਗ ਹੋਈ ਹੈ, ਉਹ ਤੁਸੀਂ ਅੱਜ ਜਿਹੜੀ ਹੈਗੀ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ। ਅਤੇ ਬਾਕੀ ਸਪੋਰਟ ਕਰੋ ਫਿਲਮ ਨੂੰ, ਅਤੇ ਲੋਕਾਂ ਨੂੰ ਰਿਕੁਐਸਟ ਕਰੋ ਵੀ ਜਾਣ ਕੇ ਦੇਖਣ, ਕੋਈ ਚੰਗੀ ਚੀਜ਼ ਜਦੋਂ ਆਉਂਦੀ ਹੈ ਅਤੇ ਉਹਨੂੰ ਡੈਫੀਨੇਟਲੀ ਸਪੋਰਟ ਕਰਨਾ ਚਾਹੀਦਾ। ਥੈਂਕ ਯੂ ਸੋ ਮਚ, ਇਹਦੇ ਕਰਕੇ ਅਸੀਂ ਹੈਗੇ ਹਾਂ, ਅਤੇ ਆਪਣਾ ਕੀ ਕਹਿੰਦੇ ਨੇ ਹੋਰ ਕਰਾਂਗੇ ਤੁਹਾਨੂੰ ਪਤਾ। ਇਸ ਫਿਲਮ ਦੇ ਰੋਲ ਬਾਰੇ ਗੱਲ ਕਰਦੇ ਹਾਂ, ਕੋਸ਼ਿਸ਼ ਤਾਂ ਇਹੀ ਹੁੰਦੀ ਬੇਟੇ, ਹੁਣ ਬੇਟੇ ਦੇ ਉੱਤੇ ਡਿਪੈਂਡ ਕਰਦਾ ਜੀ, ਹੁਣ ਬੇਟਾ ਕੀ ਕਰਨਾ ਚਾਹੁੰਦਾ ਦੇਖਦੇ, ਜੇ ਉਹਨੇ ਆਪਣੇ ਦਿਮਾਗ 'ਚ ਕਰ ਲਿਆ ਵੀ ਮੈਂ ਕਰਨੀਆਂ ਨੇ ਫਿਲਮਾਂ, ਤਾਂ ਫਿਰ ਅਸੀਂ ਪੂਰਾ ਸਪੋਰਟ ਕਰਾਂਗੇ, ਕਿਉਂ ਨਹੀਂ ਕਰਾਂਗੇ। ਪੰਜਾਬੀ ਬੋਲਦਾ ਅੱਛਾ ਜਿੰਮੀ ਜੀ, ਜਿਹੜੀ ਮੂਵੀ ਹੁੰਦੀ ਹੈ ਕੋਈ ਵੀ ਫਿਲਮ, ਜਦੋਂ ਪੰਜਾਬੀ ਫਿਲਮ ਆਉਂਦੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਹੈਗਾ, ਇੱਕ ਹੀਰੋ ਔਰ ਹੀਰੋਇਨ ਦੀ ਜਿਹੜੀ ਹੈਗੀ ਬਾਉਂਡਿੰਗ ਬੜੀ ਵਧੀਆ ਹੋਣੀ ਚਾਹੀਦੀ ਹੈਗੀ, ਕਿਸ ਤਰੀਕੇ ਦੀ ਬਾਉਂਡਿੰਗ ਰਹੀ ਹੈ? ਹਿਸਾਬ ਨਾਲ ਕਹਾਣੀ ਵਧੀਆ ਹੋਣੀ ਚਾਹੀਦੀ ਹੈ ਜੀ, ਰੋਲ ਬਾਅਦ 'ਚ ਆਉਂਦਾ, ਪਹਿਲਾਂ ਕਹਾਣੀ ਵਧੀਆ ਹੋਣੀ ਚਾਹੀਦੀ ਹੈ, ਉਹਦੇ ਵਿੱਚ ਜਿੰਨੇ ਕਰੈਕਟਰ ਹੈਗੇ ਨੇ ਆਪੇ ਸੋਹਣੇ ਹੋ ਜਾਂਦੇ ਨੇ ਜਦੋਂ ਇੱਕ ਕਹਾਣੀ ਵਧੀਆ ਹੁੰਦੀ, ਕਹਾਣੀ ਹੋਣੀ ਬਹੁਤ ਜ਼ਰੂਰੀ ਹੈ, ਅਤੇ ਕੈਮਿਸਟਰੀ ਵਧੀਆ ਕੁਲਰਾਜ ਨਾਲ, ਮੈਨੂੰ ਲੱਗਦਾ 14-15 ਸਾਲਾਂ ਬਾਅਦ ਮੈਂ ਕੰਮ ਕਰ ਰਿਹਾ ਕਿਸੇ ਫਿਲਮ ਦੇ ਵਿੱਚ, ਬਹੁਤ ਵਧੀਆ ਐਕਟਰ ਨੇ ਉਹ, ਅਤੇ ਬਾਕੀ ਸਾਰੇ ਦਿਲਬਰ ਜੀ ਪਤਾ ਨਹੀਂ ਕਿੱਥੇ ਨੇ, ਆਏ ਤਾਂ ਸੀਗੇ ਬੰਬੇ ਤੋਂ ਪਰ ਪਤਾ ਨਹੀਂ ਕਿੱਥੇ ਰਹਿ ਗਏ, ਕੁਲਰਾਜ ਜੀ ਉੱਥੇ ਕਨੇਡਾ ਹੈਗੇ ਨੇ, ਟੋਰਾਂਟੋ ਵੈਨਕੂਵਰ ਪ੍ਰਮੋਸ਼ਨ ਕਰ ਰਹੇ ਨੇ, ਅਤੇ ਦੇਖੋ। ਦਰਸ਼ਨ ਜੀ, ਤੁਸੀਂ ਐਜ਼ ਅ ਐਗਜ਼ੀਕਿਊਟਿਵ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਹੈ, ਕਿੱਦਾਂ ਦਾ ਹੋਲ ਆਲ ਜਿਹੜਾ ਹੈਗਾ ਤੁਹਾਡਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ ਐਕਸਪੀਰੀਅੰਸ ਸੀ, ਟੀਮ ਹੀ ਕਮਾਲ ਹੈ ਜੀ ਸਾਰੀ, ਵਕੀਲ ਸਿੰਘ ਨੇ ਜੋ ਕੰਮ ਕੀਤਾ ਕਮਾਲ ਹੈ, ਮਨ ਜੀ ਦਾ ਆਸ਼ੀਰਵਾਦ ਹੈ ਸਾਰਿਆਂ ਦੇ, ਕਿਉਂਕਿ ਇੱਥੋਂ ਸ਼ੁਰੂ ਹੋਏ ਸੀ ਅਸੀਂ, ਪੰਜਾਬੀ ਸਿਨੇਮਾ ਹੀ ਮੈਨੂੰ ਲੱਗਦਾ ਇੱਥੇ ਸ਼ੁਰੂ ਹੋਇਆ, ਅਤੇ ਬਹੁਤ ਸਾਰਿਆਂ ਨੇ ਪਿਆਰ ਦਿੱਤਾ, ਸਤਿਕਾਰ ਦਿੱਤਾ, ਰਿਸਪੈਕਟਫੁਲੀ ਅੱਜ ਫਿਲਮ ਰਿਲੀਜ਼ ਹੈ, ਤੁਹਾਨੂੰ ਮੀਡੀਆ ਨੂੰ ਬੇਨਤੀ ਕਰਾਂਗੇ ਵੀ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੁਸੀਂ ਸਿਨੇਮੇ ਪੰਜਾਬੀ ਨੂੰ, ਦਿੰਦੇ ਹੋ ਜਿਵੇਂ, ਅਤੇ ਬਾਕੀ ਸਾਡਾ ਨਵਾਂ ਮੁੰਡਾ ਇੰਟਰੋਡਿਊਸ ਹੋ ਰਿਹਾ ਹੈ, ਮੈਂ ਪਹਿਲੀ ਗੱਲ ਤਾਂ ਮੈਂ ਬਹੁਤ ਵੱਡਾ ਭਾਗਸ਼ਾਲੀ ਸਮਝਦਾ ਕਿ ਭਾਜੀ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ, ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਤੇ ਬਾਕੀ ਫਿਲਮ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਕਿੰਨੇ ਕੁ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਟੀਮ ਨੇ, ਅਤੇ ਬਾਕੀ ਤੁਸੀਂ ਦੇਖੋ ਵੀ ਕਿੰਨੇ ਕੁ ਅਸੀਂ ਖਰੇ ਉਤਰਦੇ ਹਾਂ, ਅਤੇ ਇਹੀ ਆ ਕਿ ਸਪੋਰਟ ਕਰੋ ਸਾਰਿਆਂ ਨੇ, ਪਿਆਰ ਕਰੋ।
ਮੈਨੂੰ ਇਹ ਸੋਚ ਕੇ ਬਹੁਤ ਖੁਸ਼ੀ ਹੁੰਦੀ ਹੈ ਵੀ ਮੈਂ ਮੰਜੀ ਦੀ ਇੱਕ ਫਿਲਮ ਯਾਰਾ ਨਾਲ ਬਹਾਰਾ ਦੇ ਵਿੱਚ ਜਿਹੜੀ ਆਪਣੀ ਪੰਜਾਬੀ ਫਿਲਮਾਂ ਦੀ ਸਟਾਰਟ ਜਿਹੜੀ ਹੁੰਦੀ ਹੈ ਉਹ ਮੇਰੀ ਮੰਜੀ ਦੇ ਨਾਲ ਹੋਈ ਸੀ ਯਾਰਾ ਨਾਲ ਬਹਾਰਾ ਤੋਂ ਅਤੇ ਉਦੋਂ ਦਾ ਕੋਸ਼ਿਸ਼ ਇਹੀ ਹੁੰਦੀ ਹੈ ਉਦੋਂ ਦੀ ਵੀ ਹਰ ਸਾਲ ਇੱਕ ਪੰਜਾਬੀ ਫਿਲਮ ਜ਼ਰੂਰ ਕਰੀਏ ਸੋ ਉਹ ਕਰਦੇ ਹਾਂ ਬਟ ਸਟਾਰਟ ਮੰਜੀ ਸਰ ਸਭ ਤੋਂ ਵੱਡਾ ਰਿਊਮਰ ਹੈ ਕਿ ਸਭ ਤੋਂ ਹਾਈਲੀ ਪੇਡ ਐਕਟਰ ਹੈ ਜੀ ਸਭ ਤੋਂ ਹਾਈਲੀ ਪੇਡ ਐਕਟਰ ਤੁਸੀਂ ਜਿਹਦੇ ਵਿੱਚ ਮੈਨੂੰ ਪੈਸੇ ਮਿਲੇ ਕੋਈ ਇੱਕ ਬੰਦਾ ਆ ਕੇ ਕਹਿ ਦੇਵੇ ਇੱਥੇ ਪਿੱਛੇ ਨਹੀਂ ਦੇ ਪਿੱਛੇ ਨਹੀਂ ਦੇ ਨਹੀਂ ਮੈਂ ਪਿੱਛੇ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਉਹੀ ਕਿ ਅੱਛੀਆਂ ਫਿਲਮ ਲੈ ਕੇ ਆਈਏ ਇਹ ਫਿਲਮ ਭਾਈ ਤੁਸੀਂ ਦੇਖੋਗੇ ਹੁਣ 5 ਮਿੰਟ ਬਾਅਦ ਇਹ ਸਭ ਨੂੰ ਕਨੈਕਟ ਕਰੇਗੀ ਤੁਸੀਂ ਕੁਛ ਨਾ ਕੁਛ ਲੈ ਕੇ ਜਾਓਗੇ ਕੁਛ ਨਾ ਕੁਛ ਚੀਜ਼ਾਂ ਤੁਹਾਡੀ ਫੈਮਿਲੀ ਵਾਲੇ ਰਿਲੇਸ਼ਨ ਬਾਰੇ ਤੁਸੀਂ ਕੁਛ ਲੈ ਕੇ ਜਾਓ ਜੀ ਹਾਂ ਸਾਰੇ ਜੀ ਹਾਂ ਲੰਡਨ ਛੁੱਟ ਤੇ ਸਾਰੀ ਹੈ ਜੀ ਵੈਰੀ ਐਕਸਾਈਟਡ ਮੇਰੇ ਕੋਲ ਪੰਜਾਬੀ ਉਤਨੀ ਅੱਛੀ ਆਉਂਦੀ ਨਹੀਂ ਹੈ ਮੈਂ ਐਕਚੁਅਲੀ ਮੈਂ ਉਤਰਾਂਚਲ ਤੋਂ ਬਿਲੋਂਗ ਕਰਦਾ ਹਾਂ ਲੇਕਿਨ ਪੰਜਾਬ ਸੇ ਹਮੇਸ਼ਾ ਪਿਆਰ ਰਹਾ ਹੈ ਸਾਰਾ ਆਤ ਪੜੋਸ ਹਮਾਰਾ ਪੰਜਾਬੀ ਦਾ ਬਾਕੀ ਮੇਰੇ ਫਰੈਂਡ ਹੈ ਸੰਦੀਪ ਟੋਕਸ ਉਹ ਮੰਜੀ ਕੋ ਜਾਣਦੇ ਥੇ ਉਹਨੇ ਔਰ ਹਮਨੇ ਇਨਕਾ ਕਾਫੀ ਕਾਮ ਦੇਖਾ ਤਾਂ ਉਹਨਾਂ ਨੇ ਐਡਵਾਈਸ ਕੀਤਾ ਇੱਕ ਦਿਨ ਕਿ ਲੈਟਸ ਮੇਕ ਅ ਮੂਵੀ ਤੋ ਫਿਰ ਹਮ ਮੰਜੀ ਦੇ ਮਿਲਣੇ ਗਏ ਮੰਜੀ ਉਸ ਵਕਤ ਬਹੁਤ ਬਿਜ਼ੀ ਥੇ ਮੰਜੀ ਨੇ ਕਿਹਾ ਬਟ ਇੱਕ ਮੇਰਾ ਸਟੂਡੈਂਟ ਹੈ ਬਹੁਤ ਬੜੀਆ ਕਾਮ ਕਰਤਾ ਹੈ ਤੋ ਉਸਸੇ ਉਸਕੇ ਪਾਸ ਕਹਾਣੀ ਆਇਆ ਵੋ ਸੁਣੋ ਵਕੀਲ ਜੀ ਨੇ ਹਮੇ ਜੋ ਪਹਿਲੀ ਗਾਲੀ ਸੁਣਾਈ ਕੋਈ ਬਹੁਤ ਪਸੰਦ ਆ ਗਈ ਥੀ ਹਮੇ ਫਿਰ ਜੈਸੇ ਹੀ ਉਹਨੇ ਜਿਮੀ ਪਾਜੀ ਕਾ ਨਾਮ ਲਿਆ ਫਿਰ ਤੋ ਓਕੇ ਕਰ ਦਿਆ ਇੱਕ ਸੀਕਵਲ ਤੱਕ ਆ ਜਾਏਗੀ ਪੰਜਾਬੀ ਸਰ ਹਾਂ ਹਾਂ ਆ ਸਮਝ ਨਹੀਂ ਤੋ ਪੂਰੀ ਆ ਗਈ ਹੈ ਬੋਲੀ ਵੀ ਆ ਜਾਏਗੀ ਧੀਰੇ ਧੀਰੇ ਲਗੇ ਰਹੇਗੇ ਜਿਮੀ ਜੀ ਇੱਕ ਸਵਾਲ ਤੁਹਾਨੂੰ ਆ ਤੁਸੀਂ ਇੱਕ ਫਿਲਮ ਕੀਤੀ ਸੀ ਧਰਤੀ ਜਿਹਦੇ ਵਿੱਚ ਤੁਹਾਡਾ ਬਹੁਤ ਹੀ ਵਧੀਆ ਬੋਲਡ ਰੋਲ ਐਸ ਬੀਇੰਗ ਅ ਪੋਲੀਟੀਕਲ ਦੇ ਵਿੱਚ ਇੰਟਰਸ ਕਰਕੇ ਕੀਤਾ ਸੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹ ਜ਼ਿਆਦਾਤਰ ਪਿਆਰ ਮੁਹੱਬਤ ਦੇ ਇਰਦ ਗਿਰਦ ਘੁੰਮਦੀਆਂ ਨੇ ਪਰ ਜੇਕਰ ਅਸੀਂ ਸਾਡੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੋਲੀਟੀਕਲੀ ਜਿਹੜਾ ਹੈਗਾ ਸਾਡੇ ਨੌਜਵਾਨਾਂ ਨੂੰ ਜਾਗਰੂਕ ਹੋਣਾ ਬੜਾ ਲਾਜ਼ਮੀ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹ ਤੁਹਾਡੀ ਬੜੀ ਵਧੀਆ ਗਈ ਹੈ ਮੂਵੀ ਇੱਦਾਂ ਦਾ ਕੋਈ ਪ੍ਰੋਜੈਕਟ ਅੱਗੇ ਹੈ ਧਰਤੀ ਦੇ ਸੈਕਿੰਡ ਪਾਰਟ ਲਈ ਕਹਾਣੀ ਮਿਲ ਨਹੀਂ ਗਈ ਸੀਗੀ ਹੁਣ ਕਿਸੇ ਤਰੀਕੇ ਨਾਲ ਇੱਕ ਆਈਡੀਆ ਆਇਆ ਜਿਹਦੇ ਉੱਤੇ ਕੰਮ ਹੋ ਰਿਹਾ ਕਿਉਂਕਿ ਉਸ ਫਿਲਮ ਦੀ ਬਹੁਤ ਉਸ ਫਿਲਮ ਨੂੰ ਬਹੁਤ ਪਿਆਰ ਮਿਲਿਆ ਸੀ ਬਹੁਤ ਰਿਸਪੈਕਟ ਮਿਲੀ ਸੀ ਸੋ ਮੈਨੂੰ ਐਂ ਲੱਗਦਾ ਵੀ ਜਸਟ ਕਿਸੇ ਵੀ ਕਹਾਣੀ ਨੂੰ ਠੋਕ ਦਿਓ ਉਸ ਟਾਈਪ ਦਾ ਕੰਮ ਨਹੀਂ ਹੈਗਾ ਕੋਈ ਕੁਛ ਵਧੀਆ ਕਹਾਣੀ ਹੋਣੀ ਚਾਹੀਦੀ ਹੈ ਜਿਹੜੀ ਕਿ ਪਹਿਲੀ ਵਾਲੀ ਤੋਂ ਬੈਟਰ ਹੋ ਉਹਦੇ ਉੱਤੇ ਕੰਮ ਹੋ ਰਿਹਾ ਜਦੋਂ ਚੈੱਕ ਨਾਲ ਮੌਜੂਦ ਨੇ ਜਿਮੀ ਸ਼ੇਰਗਿੱਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਪਹਿਲੀ ਗੱਲ ਤਾਂ ਬਹੁਤ ਬਹੁਤ ਵਧਾਈ ਕਿ ਤੁਹਾਡੀ ਫਿਲਮ ਰਿਲੀਜ਼ ਹੋ ਚੁੱਕੀ ਹੈ ਬਿਲਕੁਲ ਬਹੁਤ ਵਧੀਆ ਸਰ ਕਿ ਜਾ ਕੇ ਫਿਲਮ ਦੇਖਣ ਇਹ ਵੀ ਦੱਸੋ ਤੁਹਾਨੂੰ ਕੀ ਕੀ ਚੰਗਾ ਲੱਗਿਆ ਫਿਲਮ ਦੇ ਵਿੱਚ ਪਰ ਕਹਾਣੀ ਨਾ ਦੱਸਿਓ
ਹਮੇਸ਼ਾ ਦੀ ਤਰ੍ਹਾਂ ਸਰ ਬਿਲਕੁਲ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਥੈਂਕ ਯੂ ਜੀ ਸਰ ਫਿਲਮ ਦੀ ਜਿਹੜੀ ਸਟੋਰੀ ਆ ਉਹਦੇ ਵਿੱਚ ਨਾ ਇੱਕ ਮਤਲਬ ਸੋਸ਼ਲ ਮੁੱਦਾ ਦੇਖਿਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹੋਰ ਕੀ ਦੱਸਣਾ ਚਾਹੋਗੇ ਹੁਣ ਮੈਂ ਕੀ ਕਹਾਂ ਮੈਂ ਤਾਂ ਫਿਲਮ ਹੀ ਦਿਖਾਤੀ ਤੁਹਾਨੂੰ ਹੁਣ ਤੁਸੀਂ ਲੋਕਾਂ ਨੂੰ ਕਹੋ ਅਤੇ ਉਹਨਾਂ ਨੂੰ ਗੁਜ਼ਾਰਿਸ਼ ਕਰੋ ਵੀ ਤੁਸੀਂ ਜਾ ਕੇ ਫਿਲਮ ਦੇਖੋ ਜੇ ਤੁਹਾਨੂੰ ਚੰਗੀ ਲੱਗੀ ਹੈ ਤੁਸੀਂ ਲੋਕਾਂ ਨੂੰ ਦੱਸੋ ਨਾ ਸਿਨੇਮਾ ਲਈ ਇਹ ਬਹੁਤ ਜ਼ਰੂਰੀ ਹੁੰਦਾ ਫਿਲਮਾਂ ਲਈ ਵੀ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਉਹਨੂੰ ਤੁਸੀਂ ਚਾਰ ਬੰਦਿਆਂ ਨੂੰ ਜਾ ਕੇ ਦੱਸਦੇ ਹੋ ਉਹ ਚਾਰ ਬੰਦੇ ਜਾ ਕੇ ਦੇਖਦੇ ਜੋ ਉਹਨਾਂ ਨੂੰ ਪਸੰਦ ਆਉਂਦੀ ਹੈ ਉਹ 10 ਬੰਦਿਆਂ ਨੂੰ ਦੱਸਦੇ ਨੇ ਇਸੇ ਤਰੀਕੇ ਨਾਲ ਚੱਲਦੀਆਂ ਨੇ ਫਿਲਮਾਂ ਸਰ ਸੱਜਣ ਅਦੀਪ ਜੀ ਦੇ ਨਾਲ ਜਿਹਨੇ ਡੈਬਿਊ ਕੀਤਾ ਉਹਨਾਂ ਦੇ ਨਾਲ ਕੰਮ ਕਰਕੇ ਕਿਵੇਂ ਦਾ ਲੱਗਾ ਉਹਨਾਂ ਦਾ ਐਕਟ ਸ਼ੂਟਿੰਗ ਹੋ ਰਹੀ ਸੀ ਉਦੋਂ ਹੀ ਮੈਂ ਵਕੀਲ ਨੂੰ ਕਿਹਾ ਸੀਗਾ ਮੈਂ ਇਸ ਮੁੰਡੇ ਦਾ ਲੱਗਦਾ ਹੀ ਨਹੀਂ ਵੀ ਆਪਣੀ ਪਹਿਲੀ ਫਿਲਮ ਕਰ ਰਿਹਾ ਇੰਨਾ ਸੋਹਣਾ ਕੰਮ ਕਰ ਰਿਹਾ ਸਰ ਜਦੋਂ ਵੀ ਕੋਈ ਫਿਲਮ ਕਰਦੇ ਜੋ ਸਕ੍ਰਿਪਟ ਕਦੀ ਚੂਜ਼ੀ ਹੋਏ ਸਕ੍ਰਿਪਟ ਨੂੰ ਲੈ ਕੇ ਮੈਂ ਸਿਰਫ ਸਕ੍ਰਿਪਟ ਨੂੰ ਹੀ ਲੈ ਕੇ ਚੂਜ਼ੀ ਹਾਂ ਯਾਰ ਹਾਂਜੀ ਤੇ ਫਿਲਮ ਦੇ ਬਾਅਦ ਹੋਰ ਕਿਹੜੀ ਕਿਹੜੀ ਫਿਲਮ ਤੁਹਾਡੀ ਇਸ ਤੋਂ ਬਾਅਦ ਦੇਖਣ ਨੂੰ ਮਿਲ ਸਕਦੀ ਹੈ ਸਾਹ ਹਜੇ ਤਾਂ ਆਹੀ ਦੇਖੋ ਯਾਰ ਹਜੇ ਕੋਈ ਸ਼ੂਟਿੰਗ ਪੰਜਾਬੀ ਦੀ ਸਟਾਰਟ ਨਹੀਂ ਹੋਈ ਤੇ ਹੁਣ ਦੇਖਦੇ ਹਾਂ ਮੈਨੂੰ ਲੱਗਦਾ ਤਰਨ ਵਾਲੀ ਇੱਕ ਫਿਲਮ ਹੈਗੀ ਹੈ ਤੇ ਇੱਕ ਵਕੀਲ ਦੀ ਹੈਗੀ ਹੈ ਇੱਕ ਨਵਨੀਤ ਦੀ ਹੈਗੀ ਹੈ ਦੇਖਦੇ ਹਾਂ ਕਿਹੜੀ ਸਭ ਤੋਂ ਪਹਿਲਾਂ ਸਟਾਰਟ ਲਾਸਟ ਤੁਹਾਡੀ ਮੈਂ ਸ਼ਰੀਰ 2 ਦੇਖੀ ਸੀ ਉਸ ਤੋਂ ਬਾਅਦ ਹੁਣ ਇਹ ਵਾਲੀ ਤੂੰ ਹੋਵੇਂ ਮੈਂ ਹੋਵਾਂ ਦੇਖ ਰਿਹਾ ਹਾਂ ਤੇ ਇੰਨਾ ਟਾਈਮ ਕਿਉਂ ਲੱਗਿਆ ਨਹੀਂ ਟਾਈਮ ਤਾਂ ਕੀ ਲੱਗਣਾ ਜੀ ਫਿਲਮਾਂ ਨੂੰ ਬਣਾਉਣ 'ਚ ਟਾਈਮ ਲੱਗਦਾ ਬਾਕੀ ਮੈਂ ਤਾਂ ਚਾਹੁੰਦਾ ਵੀ ਹੋਰ ਪੰਜਾਬੀ ਫਿਲਮਾਂ ਕਰਾਂ ਪਰ ਤੁਸੀਂ ਵਧੀਆ ਕਹਾਣੀਆਂ ਲੈ ਕੇ ਆਓ ਵਧੀਆ ਕਿਰਦਾਰ ਵਧੀਆ ਕਹਾਣੀਆਂ ਕੁਝ ਡਿਫਰੈਂਟ ਕਨਸੈਪਟ ਲੈ ਕੇ ਆਓ ਮੈਂ ਕਿਉਂ ਨਹੀਂ ਕਰਾਂਗਾ ਕੁਲਰਾਜ ਜੀ ਦੇ ਨਾਲ ਤੁਸੀਂ ਪਹਿਲਾਂ ਵੀ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਵਿੱਚ ਕੋਈ ਤੁਹਾਨੂੰ ਚੇਂਜ ਦੇਖਣ ਨੂੰ ਮਿਲਿਆ ਨਹੀਂ ਜੀ ਨਹੀਂ ਕੋਈ ਚੇਂਜ ਨਹੀਂ ਉਹ ਪਹਿਲਾਂ ਵੀ ਬਾ ਕਮਾਲ ਐਕਟਰ ਸੀ ਹੁਣ ਵੀ ਕਮਾਲ ਦੀ ਐਕਟਿੰਗ ਕਰਦੇ ਨੇ ਇਸ ਫਿਲਮ ਦੇ ਵਿੱਚ ਤਾਂ ਤੁਸੀਂ ਦੇਖ ਹੀ ਲਿੱਤਾ ਹੋਊਗਾ ਠੀਕ ਹੈ ਜੀ ਜਾਂਦੇ ਜਾਂਦੇ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੀਦਾ ਜੀ ਕੱਲ ਨੂੰ ਸਾਡੀ ਫਿਲਮ ਆ ਰਹੀ ਹੈ ਤੇ ਪਹਿਲਾਂ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਹੈ ਇੰਨਾ ਮਾਣ ਬਖਸ਼ਿਆ ਹੁਣ ਸਾਡੀ ਆਹ ਫਿਲਮ ਜਿਹੜੀ ਆ ਰਹੀ ਹੈ ਬਹੁਤ ਮਿਹਨਤ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਇੱਕ ਜੈਨੂਇਨਲੀ ਇੱਕ ਬਹੁਤ ਵਧੀਆ ਡਾਇਰੈਕਟਰ ਦਾ ਕੰਮ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਕਿਉਂਕਿ ਇੱਕ ਡਾਇਰੈਕਟਰ ਹੀ ਹੁੰਦਾ ਹੈ ਜਿਹੜਾ ਕਿ ਸਾਰੀ ਫਿਲਮ ਨੂੰ ਤਰੀਕੇ ਨਾਲ ਬਣਾਉਂਦਾ ਹੈ ਹਰ ਡਿਪਾਰਟਮੈਂਟ ਦੇ ਵਿੱਚ ਅਤੇ ਤੁਸੀਂ ਆਪ ਕਹੋਗੇ ਵੀ ਇਸ ਡਾਇਰੈਕਟਰ ਨੇ ਕਮਾਲ ਕਰਤੇ ਸੋ ਸਰ ਅਸੀਂ ਉਮੀਦ ਕਰਦੇ ਹਾਂ ਕਿ ਜਿੱਦਾਂ ਤੁਹਾਡੀਆਂ ਫਿਲਮਾਂ ਨੂੰ ਪਹਿਲਾਂ ਵੀ ਪਿਆਰ ਮਿਲਦਾ ਸੀ ਹੁਣ ਵੀ ਇੰਨਾ ਹੀ ਪਿਆਰ ਥੈਂਕ ਯੂ ਜੀ ਮਿਹਰਬਾਨੀ ਥੈਂਕ ਯੂ ਸਰ ਥੈਂਕ ਯੂ ਚਲੋ ਮੈਂ ਮੂਵੀ ਦੇਖ ਕੇ ਆ ਰਹੇ ਕਿਵੇਂ ਦੀ ਲੱਗੀ ਸੋ ਜੀ ਸਾਡੇ ਚਿਹਰੇ ਦਾ ਤੁਸੀਂ ਨੂਰ ਦੇਖ ਰਹੇ ਹੋ ਵੀ ਆਰ ਆਲ ਸੋ ਹੈਪੀ ਫਿਲਮ ਬਹੁਤ ਹੀ ਸੋਹਣੀ ਹੈ ਇਟਸ ਅ ਫੁੱਲ ਐਂਟਰਟੇਨਮੈਂਟ ਇਟਸ ਅ ਫੁੱਲ ਪੈਕੇਜ ਅਤੇ ਜਿਸ ਤਰ੍ਹਾਂ ਸਕਰੀਨ ਪਲੇ ਫਿਲਮ ਦਾ ਐਂਡ ਸਟੋਰੀ ਐਂਡ ਓਬਵੀਅਸਲੀ ਦਾ ਪਰਫੋਰਮੈਂਸ ਇਜ਼ ਦੈਟਸ ਅਮੇਜ਼ਿੰਗ ਸੱਜਣ ਅਦੀਪ ਜਿਮੀ ਸ਼ੇਰਗਿੱਲ ਜੀ ਡਾਇਰੈਕਟਰ ਵਕੀਲ ਸਿੰਘ ਆਲ ਦੀ ਐਕਟਰਸ ਇਨ ਦਾ ਫਿਲਮ ਐਜ਼ ਸੱਚ ਸਭ ਦਾ ਬਹੁਤ ਵਧੀਆ ਕੰਮ ਹੈ ਐਂਡ ਇਟਸ ਵੈਰੀ ਐਂਟਰਟੇਨਿੰਗ ਅਤੇ ਮੈਨੂੰ ਲੱਗਦਾ ਆਡੀਅੰਸਿਸ ਨੂੰ ਬਹੁਤ ਪਸੰਦ ਆਏਗੀ ਸੋ ਆਓ ਥੀਏਟਰਸ ਦੇ ਵਿੱਚ ਵਾਚ ਦ ਫਿਲਮ ਐਂਡ ਇਹੀ ਕਹਾਂਗੇ ਕਿ ਸਪੋਰਟ ਪੰਜਾਬੀ ਸਿਨੇਮਾ ਮੈਮ ਜਿਹੜਾ ਮੈਸੇਜ ਦੇਖਣ ਨੂੰ ਮਿਲਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿੱਦਾਂ ਦਾ ਮਾਹੌਲ ਹੈ ਉਸ ਮੁੱਦੇ ਨੂੰ ਲੈ ਕੇ ਮੂਵੀ ਤਿਆਰ ਕੀਤੀ ਗਈ ਹੈ ਉਹਦੇ ਬਾਰੇ ਕੀ ਸੀ ਬੀਇੰਗ ਅ ਕ੍ਰੀਏਟਿਵ ਐਂਡ ਬੀਇੰਗ ਐਨ ਆਰਟਿਸਟ ਆਪਾਂ ਸਾਰੀ ਸਟੋਰੀ ਤਾਂ ਹਜੇ ਨਹੀਂ ਰਿਵੀਲ ਕਰਾਂਗੇ ਵਿਲ ਕੀਪ ਅ ਮਿਸਟਰੀ ਆਡੀਅੰਸਿਸ ਲਈ ਸੋ ਇੰਨਾ ਕੁ ਕਹੂੰਗੀ ਕਿ ਰਿਲੇਸ਼ਨਸ਼ਿਪਸ ਬਹੁਤ ਇੰਪੋਰਟੈਂਟ ਨੇ ਜ਼ਿੰਦਗੀ ਵਿੱਚ ਉਹਨਾਂ ਨੂੰ ਆਪਾਂ ਅਹਿਮੀਅਤ ਦੇਈਏ ਲੈਟਸ ਰੀਅਲਾਈਜ਼ ਦੀ ਲਵਡ ਵਨਸ ਤੁਹਾਡੇ ਅਰਾਊਂਡ ਜਿਹੜੇ ਨੇ ਪਿਆਰ ਨੂੰ ਪਹਿਚਾਨੋ ਹੂ ਇਜ਼ ਰੀਅਲੀ ਯੋਰ ਲਵਡ ਵਨ ਐਂਡ ਉਹਨੂੰ ਸਾਂਭ ਕੇ ਰੱਖੋ ਦੈਟਸ ਇੰਪੋਰਟੈਂਟ ਐਜ ਐਨ ਆਡੀਅੰਸ ਫਿਲਮ ਨੂੰ ਆਊਟ ਆਫ 5 ਵਿੱਚੋਂ ਕਿੰਨੇ ਸਟਾਰ ਦੇਣਾ ਚਾਹੁੰਦੇ 5 out of 5 ਡੈਫੀਨੇਟਲੀ 5 ਪੂਰੇ ਮੈਮ ਟੇਸ਼ਨ ਫਿਲਮ ਤੋਂ ਬਾਅਦ ਸ਼ਾਇਦ ਮੈਂ ਇੱਕ ਹੋਰ ਅੱਧੀ ਫਿਲਮ 'ਚ ਤੁਹਾਨੂੰ ਦੇਖਿਆ ਇੰਨਾ ਘੱਟ ਪ੍ਰੋਜੈਕਟ ਜਾਣ ਕੇ ਕਰ ਰਹੇ ਕਿ ਟਾਈਮ ਲੈ ਰਹੇ ਜੇ ਕਿ ਹੁਣ ਦੇਖਣ ਨੂੰ ਮਿਲਣਾ ਹਾਂਜੀ ਹੁਣ ਮੇਰੀ 2 ਫਿਲਮਸ ਰੈਡੀ ਨੇ ਰਿਲੀਜ਼ ਲਈ ਇੱਕ ਪੰਜਾਬੀ ਫਿਲਮ ਹੈ ਰੰਗ ਰਤਾ ਰੋਸ਼ਨ ਪ੍ਰਿੰਸ ਨਾਲ ਉਹ 24 March ਨੂੰ ਉਹਦੀ ਰਿਲੀਜ਼ ਡੇਟ ਅਨਾਊਂਸ ਹੋ ਚੁੱਕੀ ਹੈ ਦੀ ਅਦਰ ਇਜ਼ ਅ ਬਾਲੀਵੁੱਡ ਫਿਲਮ ਕ੍ਰਿਸਪੀ ਰਿਸ਼ਤੇ ਅਤੇ ਹੁਣ ਉਹ ਵੀ ਰਿਲੀਜ਼ ਹੋਏਗੀ ਉਹਦੀ ਰਿਲੀਜ਼ ਡੇਟ ਫਾਈਨਲ ਹੋ ਰਹੀ ਹੈ ਸੋ 2 ਫਿਲਮਸ ਆਰ ਇਨ ਦਾ ਪਾਈਪਲਾਈਨ ਬਾਕੀ ਟੇਸ਼ਨ ਦੇ ਵਿੱਚ ਯਾਰਨ ਮੁੱਲੇ 2 ਜੋਰਡਨ ਸੰਧੂ ਨਾਲ ਫਿਲਮ ਆਈ ਸੀ ਖਤਰੇ ਦਾ ਘੁੱਗੂ ਹੈਡ ਅ ਲੋਟ ਆਫ ਲਵ ਐਂਡ ਐਡਮੀਰੇਸ਼ਨ ਸੋ ਥੈਂਕ ਯੂ ਸੋ ਮੱਚ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਵੱਲੋਂ ਬਹੁਤ ਪਿਆਰ ਮਿਲਦਾ ਹੈ ਸੋ ਥੈਂਕ ਯੂ ਔਰ ਜਾਂਦੇ ਜਾਂਦੇ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਡੀਅੰਸ ਨੂੰ ਦੇਖੋ ਇਸ ਫਿਲਮ ਲਈ ਮੈਂ ਇਹ ਕਹਿਣਾ ਚਾਹੂੰਗੀ ਕਿ ਕਮ ਟੂ ਥੀਏਟਰਸ ਵਾਚ ਇਟ ਆਪਾਂ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੀਏ ਅਤੇ ਨਾਲ ਹੀ ਮੇਰੀ ਫਿਲਮ ਵੀ ਆ ਰਹੀ ਹੈ 24 March ਨੂੰ ਰੰਗ ਰਤਾ ਰੋਸ਼ਨ ਪ੍ਰਿੰਸ ਨਾਲ ਸੋ ਜਿਹੜੀ ਫਿਲਮ ਆਉਂਦੀ ਹੈ ਆਈਲ ਟੈਲ ਦੀ ਆਡੀਅੰਸ ਆਈਲ ਰਿਕੁਐਸਟ ਦੀ ਆਡੀਅੰਸ ਕਿ ਆਓ ਅਤੇ ਫਿਲਮ ਨੂੰ ਇੰਜੋਏ ਕਰੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਦਿਲਬਰ ਆ ਰਿਹਾ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕਿਵੇਂ ਬਸ ਵਧੀਆ ਮੈਮ ਫਿਲਮ ਦਾ ਰਿਲੀਜ਼ ਹੋ ਚੁੱਕੀ ਹੈ ਬਹੁਤ ਬਹੁਤ ਮੁਬਾਰਕਾਂ ਪਹਿਲੀ ਗੱਲ ਤੇ ਕੱਲ ਰਿਲੀਜ਼ ਹੋ ਰਹੀ ਹੈ ਮਤਲਬ ਬਹੁਤ ਬਹੁਤ ਮੁਬਾਰਕਾਂ ਅੱਜ ਤੇ ਰਿਲੀਜ਼ ਹੱਥ ਸਾਡੇ ਲਈ ਤੇ ਆ ਜੂਗੀ ਜੀ ਜੀ ਮੈਮ ਜਿਹੜਾ ਤੁਸੀਂ ਆਪਣਾ ਕੈਰੈਕਟਰ ਜਦੋਂ ਪਲੇ ਕੀਤਾ ਸੀਗਾ ਤੁਹਾਨੂੰ ਕਿੰਨੇ ਕੁ ਜ਼ਿਆਦਾ ਐਕਸਾਈਟਮੈਂਟ ਸੀਗੀ ਕਿਉਂਕਿ
ਬਹੁਤ ਹੀ ਐਕਸਾਈਟਮੈਂਟ ਹੈ। ਆਈ ਮੀਨ ਇੰਨੇ ਵੱਡੇ ਕਲਾਕਾਰ ਦੇ ਨਾਲ ਕੰਮ ਕਰਕੇ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਾ। ਸਪੈਸ਼ਲੀ ਇਹ ਜੋ ਕੈਰੈਕਟਰ ਹੈ ਮੇਰਾ ਬਹੁਤ ਹੀ ਲਾਈਕ ਬਬਲੀ ਹੈ, ਚੁਲਬੁਲੀ ਹੈ, ਥੋੜ੍ਹੀ ਫਲਰਟ ਕਰਤੀ ਹੈ, ਪਲੇਫੁਲ ਹੈ, ਤਾਂ ਵੈਸੇ ਤਾਂ ਐਕਚੁਅਲੀ ਮੈਂ ਵੀ ਹੂੰ, ਤਾਂ ਮੈਨੂੰ ਉਹ ਕਿਰਦਾਰ ਨਿਭਾ ਕੇ ਬਹੁਤ ਹੀ ਮਜ਼ਾ ਆਇਆ। ਮੈਮ ਉਹਨਾਂ ਸਾਰੇ ਆਰਟਿਸਟਾਂ ਦੇ ਨਾਲ ਕੰਮ ਕਰਕੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਬਹੁਤ ਹੀ ਵਧੀਆ ਲੱਗਾ, ਸਪੈਸ਼ਲੀ ਜਿਮੀ ਸਰ ਦੇ ਨਾਲ ਕੰਮ ਕਰਕੇ ਤਾਂ ਮਤਲਬ ਅਲੱਗ ਹੀ ਐਕਸਪੀਰੀਅੰਸ ਰਿਹਾ, ਕਿਉਂਕਿ ਮੈਂ ਤਾਂ ਹਮੇਸ਼ਾ ਬੜੀ ਫੈਨ ਥੀ ਹੂੰ ਉਨਕੀ, ਉਹਨੇ ਇਤਨੇ ਬੜੇ ਮੂਵੀਜ਼ ਕੀ ਬਾਲੀਵੁੱਡ ਮੈਂ, ਔਰ ਮੈਂ ਬਹੁਤ ਹੀ ਐਕਸਾਈਟਡ ਥੀ, ਨਰਵਸ ਵੀ ਥੀ, ਬਟ ਜੈਸੇ ਸ਼ੂਟ ਸ਼ੁਰੂ ਹੁਆ ਵੋ ਬਹੁਤ ਹੀ ਅੱਛੇ ਥੇ, ਬਹੁਤ ਸਪੋਰਟਿਵ ਰਹੇ, ਔਰ ਬਹੁਤ ਹੀ ਹਸੀ ਮਜ਼ਾਕ ਕਰਤੇ ਹੈ ਸੈੱਟ ਪੇ, ਬਹੁਤ ਮਜ਼ਾ ਆਇਆ ਉਨਕੇ ਸਾਥ। ਮੈਮ ਤੁਹਾਨੂੰ ਤੁਹਾਡੇ ਕੈਰੈਕਟਰ ਲਈ ਕਿਵੇਂ ਅਪਰੋਚ ਕੀਤਾ ਗਿਆ? ਵੈਲ ਓਨੈਸਟਲੀ ਮੇਰੀ ਪਹਿਲੀ ਮੂਵੀ ਮਨਮੋਹਨ ਸਿੰਘ ਕੇ ਸਾਥ ਥੀ PR, ਉਸਕੇ ਬਾਅਦ ਵਕੀਲ ਜੀ ਮਨਮੋਹਨ ਸਿੰਘ ਕੇ ਸਾਥ ਕੰਮ ਕਰ ਰਹੇ ਥੇ, ਤੋ ਵਕੀਲ ਜੀ ਕੀ ਪਹਿਲੀ ਮੂਵੀ ਹੈ, ਤੋ ਉਹਨੇ ਮੇਰਾ ਕੰਮ ਦੇਖਿਆ, ਉਨਕੋ ਅੱਛਾ ਲਗਾ, ਔਰ ਫਿਰ ਉਹਨਾਂ ਅਪਰੋਚ ਕੀਆ, ਔਰ ਮੇਰੇ ਲਈ ਇਸ ਬੜੀਆ ਬਾਤ ਔਰ ਕਿਆ ਹੋ ਸਕਤੀ ਹੈ ਕਿ ਮੈਂ ਜਿਮੀ ਸਰ ਕੇ ਸਾਥ, ਸੱਜਣ ਕੇ ਸਾਥ, ਗੁਲਰਾਜ ਕੇ ਸਾਥ ਕੰਮ ਕਰੂੰ, ਤੋ ਮੈਂ ਬਹੁਤ ਖੁਦ ਕੋ ਖੁਸ਼ਨਸੀਬ ਸਮਝਦੀ ਹਾਂ। ਮੈਮ ਜਦੋਂ ਤੁਹਾਨੂੰ ਸਕ੍ਰਿਪਟ ਸੁਣਨ ਨੂੰ ਮਿਲੀ ਤੇ ਜਿਮੀ ਸਰ ਕਰਕੇ ਹੀ ਹਾਂ ਕਰਤੀ ਸੀ ਕਿ ਸਕ੍ਰਿਪਟ ਵੀ ਸੁਣੀ ਸੀ? ਫਸਟ ਆਫ ਆਲ ਵਕੀਲ ਸਿੰਘ ਜੀ ਕੇ ਵਜਹ ਸੇ, ਕਿਉਂਕਿ ਉਨਕਾ ਜੋ ਵੇ ਆਫ ਸਟਾਈਲ ਆਫ ਵਰਕ ਹੈ ਐਗਜੈਕਟਲੀ ਮਨਜੀ ਜੈਸਾ ਹੈ, ਔਰ ਮੁਝੇ ਤੋ ਵੋ ਬਹੁਤ ਅੱਛੇ ਲੱਗਤੇ ਹੈ। ਔਰ ਦੂਸਰੀ ਬਾਤ ਆਫਕੋਰਸ ਜਿਮੀ ਸਰ ਇਤਨੇ ਬੜੇ ਨਾਮ ਹੈ, ਤੋ ਕੌਣ ਕੋਈ ਕੰਮ ਕਿਉਂ ਨਹੀਂ ਕਰਨਾ ਚਾਹੇਗਾ। ਮੈਮ ਲਾਸਟ ਨਾ ਮੈਂ ਤੁਹਾਨੂੰ PR ਮੂਵੀ ਦੇ ਵਿੱਚ ਦੇਖਿਆ ਸੀਗਾ, ਉਸ ਤੋਂ ਬਾਅਦ ਹੁਣ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲਣਾ, ਆਡੀਅੰਸ ਨੂੰ ਵੀ ਅਤੇ ਮੈਂ ਵੀ, ਅਤੇ ਇੰਨਾ ਟਾਈਮ ਕਿਉਂ ਲੱਗ ਗਿਆ? ਟਾਈਮ ਲੱਗਤਾ ਹੈ ਸ਼ੁਰੂਆਤ ਜਬ ਆਪ ਸ਼ੁਰੂ ਕਰਤੇ ਹੋ ਤੋ ਇਸਟੈਬਲਿਸ਼ ਹੋਣੇ ਮੈਂ ਥੋੜ੍ਹਾ ਟਾਈਮ ਲੱਗਤਾ ਹੈ, ਪਰ ਅਭੀ ਮੈਂ ਆਈ ਥਿੰਕ ਮੈਂ ਸਹੀ ਰਸਤੇ ਮੈਂ ਹੂੰ, ਅਭੀ ਇਸਕੇ ਬਾਅਦ ਔਰ ਮੂਵੀਜ਼ ਆ ਰਹੀ ਹੈ, ਕਰ ਰਹੀ ਹੂੰ, ਅਭੀ ਰਿਵੀਲ ਨਹੀਂ ਕਰ ਸਕਤੀ, ਪਰ ਜਲਦੀ ਆਪਕੋ ਪਤਾ ਚਲੇਗਾ। ਮੈਮ ਮੈਂ ਦੇਖਿਆ ਜਿਵੇਂ ਤੁਹਾਨੂੰ ਨਾ ਪੰਜਾਬੀ ਬਹੁਤ ਘੱਟ ਆਉਂਦੀ ਆ, ਅਤੇ ਫਿਲਮ ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਇੰਪਰੂਵ ਕਰਦੇ ਜੀ? ਮੈਂ ਓਨੈਸਟਲੀ ਸਪੀਕਿੰਗ ਰੀਡਿੰਗ ਔਰ ਮੈਂ ਪੜ੍ਹਨਾ ਔਰ ਲਿਖਣਾ ਸਿੱਖ ਲਿਆ ਪੰਜਾਬੀ, ਤੋ ਜੋ ਪ੍ਰੋਨਾਂਸੀਏਸ਼ਨ ਹੈ, ਐਕਸੈਂਟ ਹੈ, ਤੋ ਉਸ ਪਰ ਮੈਨੇ ਕੰਮ ਕੀਆ, ਤੋ ਅਭੀ ਮੈਂ ਅੱਛੇ ਸੇ ਬੋਲ ਪਾਤੀ ਹੂੰ, ਪਰ ਬਸ ਪ੍ਰੈਕਟਿਸ ਕਰਨਾ ਪਏਗਾ ਥੋੜ੍ਹਾ ਸਾ, ਵੋ ਸਡਨਲੀ ਜੈਸੇ ਹਿੰਦੀ ਮੈਂ ਫਲੂਐਂਟਲੀ ਬੋਲਤੇ, ਉਸ ਮੈਂ ਪ੍ਰੈਕਟਿਸ ਨਹੀਂ ਹੈ ਬਸ। ਸੋ ਮੈਮ ਲਾਸਟ ਕੁਐਸਚਨ ਹੈ, ਜਾਂਦੇ ਜਾਂਦੇ ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੇਰੇ ਪਿਆਰੇ ਦਰਸ਼ਕੋ, ਸਾਡੀ ਫਿਲਮ ਤੂੰ ਹੋਵੇ ਮੈਂ ਹੋਵਾਂ ਕੱਲ ਰਿਲੀਜ਼ ਹੋ ਰਹੀ ਹੈ, ਪਲੀਜ਼ ਆਪਣੇ ਫੈਮਿਲੀ ਦੇ ਨਾਲ, ਬੱਚਿਆਂ ਨਾਲ, ਬਜ਼ੁਰਗਾਂ ਨਾਲ ਜਾਓ, ਦੇਖੋ ਔਰ ਇੰਜੋਏ ਕਰੋ, ਬਹੁਤ ਹੀ ਪਿਆਰੀ ਫਿਲਮ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਥੈਂਕ ਯੂ। ਮੈਂ ਮੂਵੀ ਦੇਖ ਕੇ ਰਹੋ, ਕਿਵੇਂ ਦੀ ਲੱਗੀ? ਬਹੁਤ ਸੋਹਣੀ ਫਿਲਮ ਹੈ ਜੀ, ਨੋ ਡਾਊਟ, ਬਹੁਤ ਹੀ ਵਧੀਆ ਫਿਲਮ ਬਣਾਈ ਹੈ, ਬੜਾ ਹੀ ਸੋਹਣਾ ਕੰਸੈਪਟ ਹੈ, ਬੜਾ ਹੀ ਵੱਖਰਾ ਕੰਸੈਪਟ ਬਣਾਇਆ ਵਕੀਲ ਸਿੰਘ ਜੀ ਜਿਹੜੇ ਡਾਇਰੈਕਟਰ ਨੇ, ਕਮਾਲ ਕਰਤੀ। ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦੀ ਹਾਂ ਕਿ ਬੜੀ ਸੋਹਣੀ ਤੁਸੀਂ ਫਿਲਮ ਬਣਾਈ ਹੈ, ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਜ਼ਰੂਰ ਦੇਖਿਆ। ਮੈਮ ਜਿਹੜਾ ਫਿਲਮ ਦੇ ਵਿੱਚ ਮੈਸੇਜ ਦੇਖਣ ਨੂੰ ਮਿਲਿਆ, ਅੱਜ ਕੱਲ੍ਹ ਜਿਹੜਾ ਸੋਸ਼ਲ ਮੁੱਦਾ ਚੱਲ ਰਿਹਾ ਆ, ਉਹਨੂੰ ਲੈ ਕੇ ਮੂਵੀ ਬਣਾਈ ਗਈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜਾ ਫਿਲਮ ਨੂੰ ਲੈ ਕੇ, ਜਿਹੜਾ ਅੱਜ ਕੱਲ੍ਹ ਸੋਸ਼ਲ ਮੁੱਦਾ ਚੱਲ ਰਿਹਾ, ਉਸ ਨੂੰ ਲੈ ਕੇ ਫਿਲਮ ਬਣਾਈ ਗਈ, ਉਹਦੇ ਬਾਰੇ ਕੀ ਕਹਿਣਾ? ਬਹੁਤ ਹੀ ਸੋਹਣਾ ਸੋਸ਼ਲ ਮੈਸੇਜ ਜਿਨ੍ਹਾਂ ਨੇ ਦਿੱਤਾ ਹੈਗਾ ਫਿਲਮ ਦੇ ਵਿੱਚ, ਉਹ ਮੈਸੇਜ ਇਹ ਹੈ ਕਿ ਸਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਭੁੱਲ ਕੇ ਲਾਈਫ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ, ਔਰ ਸਾਨੂੰ ਆਪਣੇ ਰਿਲੇਸ਼ਨ ਖਰਾਬ ਨਹੀਂ ਕਰਨੇ ਚਾਹੀਦੇ, ਰਿਸ਼ਤੇ ਖਰਾਬ ਨਹੀਂ ਕਰਨੇ ਚਾਹੀਦੇ, ਕਿਉਂਕਿ ਕਈ ਵਾਰ ਅਸੀਂ ਬਾਹਰ ਜਦੋਂ ਦੂਸਰੀ ਕੰਟਰੀਆਂ ਦੇ ਵਿੱਚ ਜਾ ਕੇ ਕੰਮ ਕਰਦੇ ਹਾਂ ਜਾਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜ਼ਾਹਿਰ ਜੀ ਗੱਲ ਹੈ ਕਦੀ ਕਦੀ ਕੁਛ ਚੀਜ਼ਾਂ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ, ਬਟ ਸਾਨੂੰ ਇਸ ਫਿਲਮ ਦੇ ਮੈਸੇਜ ਨੇ ਇਹ ਦੱਸਿਆ ਹੈਗਾ ਕਿ ਸਾਨੂੰ ਕੰਮ ਆਪਣੀ ਜਗ੍ਹਾ, ਮਿਸਅੰਡਰਸਟੈਂਡਿੰਗਸ ਆਪਣੀ ਜਗ੍ਹਾ ਅਤੇ ਰਿਲੇਸ਼ਨ ਆਪਣੀ ਜਗ੍ਹਾ, ਤਿੰਨਾਂ ਨੂੰ ਮਿਕਸ ਨਹੀਂ ਕਰਨਾ ਚਾਹੀਦਾ। ਸੋ ਬਹੁਤ ਹੀ ਸੋਹਣਾ ਮੈਸੇਜ ਹੈ ਕਿ ਸਾਨੂੰ ਗਲਤੀਆਂ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਅਤੇ ਜ਼ਿੰਦਗੀਆਂ ਖਰਾਬ ਨਹੀਂ ਕਰਨੀਆਂ ਚਾਹੀਦੀਆਂ। ਐਜ਼ ਐਨ ਆਡੀਅੰਸ ਇਸ ਫਿਲਮ ਨੂੰ ਆਊਟ ਆਫ 5 ਵਿੱਚ ਕਿੰਨੇ ਸਟਾਰ ਦੇਣਾ? ਆਊਟ ਆਫ 5 ਆਊਟ ਆਫ 4। ਠੀਕ ਹੈ ਜੀ। ਮੈਮ ਤੁਹਾਡਾ ਲਾਸਟ ਵਾਲੀ ਫਿਲਮ ਆਈ ਸੀਗੀ, ਇਸ ਤੋਂ ਬਾਅਦ ਹੋਰ ਕਿਹੜੀ ਕਿਹੜੀ ਫਿਲਮ 'ਚ ਅਸੀਂ ਤੁਹਾਨੂੰ ਦੇਖ ਸਕਦੇ? ਮੇਰੀ ਹੁਣ ਫਿਲਮ ਆ ਰਹੀ ਹੈ ਜੀ ਕਿ ਮੈਂ ਝੂਠ ਬੋਲਿਆ ਰੋਸ਼ਨ ਪ੍ਰਿੰਸ ਜੀ ਦੇ ਨਾਲ, ਬਹੁਤ ਜਲਦੀ ਤੁਹਾਨੂੰ ਸਾਰਿਆਂ ਨੂੰ ਪਤਾ ਚੱਲੇਗਾ, ਅਤੇ ਉਸ ਤੋਂ ਬਾਅਦ ਮੈਂ ਵਿਵੇਕ ਓਬਰਾਏ ਸਰ ਨਾਲ ਇੱਕ ਪ੍ਰੋਜੈਕਟ ਕੀਤਾ, ਉਹ ਵੀ ਉਸ ਤੋਂ ਬਾਅਦ ਰਿਲੀਜ਼ ਹੋ ਰਿਹਾ ਹੈਗਾ। ਸੋ ਯਾ, ਇਟਸ ਲਾਈਨ ਅਪ। ਥੈਂਕ ਯੂ। ਆਡੀਅੰਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂਦੇ ਜਾਂਦੇ? ਮੈਂ ਆਡੀਅੰਸ ਨੂੰ ਇਹ ਗੁਜ਼ਾਰਿਸ਼ ਕਰਾਂਗੀ, ਬਹੁਤ ਸੋਹਣੀ ਫਿਲਮ ਹੈ ਜੀ ਤੂੰ ਹੋਵੇ ਮੈਂ ਹੋਵਾਂ, ਅਤੇ ਬੜਾ ਹੀ ਸੋਹਣੀ ਡਾਇਰੈਕਟ ਕੀਤੀ ਹੈ ਵਕੀਲ ਸਿੰਘ ਜੀ ਨੇ, ਅਤੇ ਬਹੁਤ ਹੀ ਵਧੀਆ, ਬਹੁਤ ਹੀ ਕਲਾਕਾਰ, ਬਹੁਤ ਹੀ ਅੱਛੇ ਡਾਇਰੈਕਟਰ ਨੇ, ਅਤੇ ਨਾਲ ਹੀ ਬਹੁਤ ਬਹੁਤ ਮੁਬਾਰਕਾਂ ਸੱਜਣ ਅਦੀਪ ਜੀ ਨੂੰ, ਬਹੁਤ ਹੀ ਸੋਹਣੇ ਸਿੰਗਰ ਨੇ, ਬਹੁਤ ਹੀ ਵਧੀਆ ਸਿੰਗਰ ਨੇ, ਬਟ ਅੱਜ ਉਹਨਾਂ ਨੇ ਇਹ ਵੀ ਵਿਖਾਤਾ ਕਿ ਮੈਂ ਐਕਟਰ ਵੀ ਬਹੁਤ ਵਧੀਆ ਹੈ ਨਾ। ਸੋ ਉਹਨਾਂ ਨੇ ਜੋ ਕੌਮੇਡੀ ਵਾਲਾ ਪਾਰਟ ਕੀਤਾ,
थैंक यू। जो कॉमेडी वाला पार्ट उन्होंने किया है वो अनएक्सपैक्टेड सीगा, बिकॉज मैं सज्जन हमेशा वेखिया थोड़ा जहा सीरीयस रहा है ना, मैं उहदे नाल गाना भी किया सी दिल नाल सलाह। सो बट ये देख के लगता है कि सज्जन कुछ भी कर सकता है, कोई भी वो कॉमेडी होवे सीरीयस रोल होवे कुछ भी कर सकता है, बहुत ही वधिया आर्टिस्ट है। थैंक यू सो मच। थैंक यू जी, थैंक यू सो मच। मैम मूवी देख के आ रहे हो तू हमें मैं हूँ कि दी लगी बहुत वधिया फिल्म है जी, असी ते विच काम भी किया है, आई एम द मेकअप आर्टिस्ट ऑफ कुलराज जी, तो मूवी ते मेहनत भी बहुत लगी सी, मूवी हैगी भी बहुत चंगी, तो मैसेज भी बहुत चंगा है, सारे नु नाल रहना चाहिए, तो मैं रिक्वेस्ट करूँगी सारे जाके मूवी वेखो मैं हूँ तू होवे। सब तो बेस्ट एक्टिंग की गल करा, वैसे तो सारे की बेस्ट सी, अकॉर्डिंग टू यू की सब तो बेस्ट कि एक्टिंग लगी जी? असी नहीं कह सकते कि बेस्ट लगी, सारे बेस्ट सी, मूवी एक नाल नहीं बनती जी, सारे दे नाल इकट्ठी बनती है। आई थिंक जिमी सर इज टू गुड, जिमी शेरगिल जी दी आउट ऑफ 5 विचो किन्ने स्टार देना? असी ते 100 देवांगे जी। थैंक यू मैम। सो ए सीगा फिल्म दा प्रीमियर जिस दे विच जिमी शेरगिल, कुलराज रंधावा, सज्जन अदीब ते दलबर आर्या ने काफ़ी वधिया काम किया है, तो दर्शकों भी ये फिल्म काफ़ी ज़्यादा पसंद आई है, तो फिल्म कल नू रिलीज़ होने जा रही है तुहाडे नज़दीकी सिनेमाघरां दे विच। सो तुसी ये फिल्म जरूर देखना, तो सानू कमेंट सैक्शन में ये जरूर दसना कि तुहानू ये फिल्म किवें दी लगी।